ਅੱਗੇ ਸਿਆਸਤਦਾਨ ਅਤੇ ਸਾਬਕਾ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਜਿਹੜੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਔਰ ਉਹਨਾਂ ਦਾ ਅੱਜ ਜਿਹੜਾ ਉਹਨਾਂ ਦੇ ਜੱਦੀ ਪਿੰਡ ਸੇਖਵਾਂ ਵਿਖੇ ਜਿਹੜਾ 2 ਵਜੇ ਸੰਸਕਾਰ ਕੀਤਾ ਜਾਏਗਾ ਔਰ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਕਿ ਸੇਵਾ ਸਿੰਘ ਸੇਖਵਾਂ ਦਾ ਜਿਹੜਾ ਪਾਰਥਿਵ ਸਰੀਰ ਹੈ ਜਿਹੜਾ ਉਹ ਉਹਨਾਂ ਦੇ ਘਰ ਜਿਹੜਾ ਸੇਖਵਾਂ ਦੇ ਵਿੱਚ ਰੱਖਿਆ ਗਿਆ ਔਰ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦੇ ਖੈਰ ਖਵਾ ਜਿਹੜੇ ਨੇ ਉਹ ਇੱਥੇ ਅਫਸੋਸ ਜ਼ਾਹਰ ਕਰਨ ਜਿਹੜੇ ਨੇ ਪਹੁੰਚ ਰਹੇ ਨੇ ਔਰ ਸੇਵਾ ਸਿੰਘ ਸੇਖਵਾਂ ਦੇ ਪਿਤਾ ਜਿਹੜੇ ਉਜਾਗਰ ਸਿੰਘ ਸੇਖਵਾਂ ਸੀ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਜਿਹਦਾ ਗਠਨ ਹੋਇਆ ਸੀ ਅਤੇ ਉਹਦੇ ਫਾਊਂਡਰ ਮੈਂਬਰ ਵੀ ਰਹੇ ਨੇ ਔਰ 2 ਵਾਰੀ ਪੁਰਾਣਾ ਵਿਧਾਨ ਸਭਾ ਕਨਵਨ ਹਲਕਾ ਸੀ ਉੱਥੋਂ 2 ਵਾਰੀ ਉਹ ਵਿਧਾਇਕ ਚੁਣੇ ਗਏ ਔਰ ਉਸ ਤੋਂ ਬਾਅਦ ਸੇਵਾ ਸਿੰਘ ਸੇਖਵਾਂ ਜਿਹੜੇ ਕਿ ਇੱਕ ਅਧਿਆਪਕ ਵੀ ਰਹੇ ਨੇ ਉਹਨਾਂ ਨੇ 1990 ਦੇ ਵਿੱਚ ਸਿਆਸਤ ਦੇ ਵਿੱਚ ਪੈਰ ਧਰਿਆ ਸੀ ਔਰ ਉਸ ਤੋਂ ਬਾਅਦ ਉਹ 2 ਵਾਰੀ ਕਨਵਨ ਹਲਕੇ ਦੇ ਵਿੱਚੋਂ ਵਿਧਾਇਕ ਜਿਹੜੇ ਅਕਾਲੀ ਦਲ ਦੇ ਵੱਲੋਂ ਚੁਣੇ ਗਏ ਔਰ ਉਸ ਤੋਂ ਬਾਅਦ ਸਿੱਖਿਆ ਮੰਤਰੀ ਵੀ ਜਿਹੜੇ ਨੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਰਹੇ ਨੇ ਅਤੇ ਉਹਨਾਂ ਦੀ ਜਿਹੜੀ ਅਚਾਨਕ ਅਕਾਲ ਚਲਾਣਾ ਕਰਨ ਜਾਣ ਤੋਂ ਬਾਅਦ ਇਲਾਕੇ ਔਰ ਪਰਿਵਾਰ ਔਰ ਸਿਆਸਤ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਹੈ। ਅੱਜ ਸੇਵਾ ਸਿੰਘ ਸੇਖਵਾਂ ਦਾ ਜਿਹੜਾ ਸੰਸਕਾਰ ਆ ਉਹਨਾਂ ਦੇ ਜੱਦੀ ਪਿੰਡ ਸੇਖਵਾਂ ਦੇ ਵਿੱਚ ਦੁਪਹਿਰ 2 ਵਜੇ ਕਰ ਦਿੱਤਾ ਜਾਏਗਾ ਔਰ ਬਹੁਤ ਸਿਆਸੀ ਲੀਡਰ ਜਿਹੜੇ ਨੇ ਉਹਨਾਂ ਦੇ ਪਹੁੰਚਣ ਦੀ ਉਮੀਦ ਹੈ ਔਰ ਉਹਨਾਂ ਨੂੰ ਜਿਹੜੀਆਂ ਸ਼ਰਧਾਂਜਲੀਆਂ ਜਿਹੜੀਆਂ ਨੇ ਉਹ ਵੀ ਭੇਟ ਕੀਤੀਆਂ ਜਾਣਗੀਆਂ। ਕੈਮਰਾ ਪਰਸਨ ਬੰਟੀ ਸਿੰਘ ਉਤਰਾ ਦੇ ਨਾਲ ਪਰਮਵੀਰ ਰਿਸ਼ੀ, ਜ਼ੀ ਮੀਡੀਆ, ਸੇਖਵਾਂ, ਬਟਾਲਾ।